ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਫੂਕ ਲੱਗ ਗਿਆ ਮਰਿਓ ਹੈ ਬੱਚੇ ਦੀ ਮਾਂ ਚੁੰਮ ਚੁੰਮ ਕੇ ਵਾਰ-ਵਾਰ ਕਹਿ ਰਹੀ ਸੀ ਉੱਠ ਜਾ ਮੇਰੇ ਬੱਚੇ ਉੱਠ ਜਾ ਫੇਰ ਵਾਪਰਿਆ ਇੱਕ ਰਿਸ਼ਮਾ ਆਇਆ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਜਾ ਕੇ ਇੰਤਜ਼ਾਰ ਕਰਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਦੁਨਿਆ ਦੇ ਅਸੀਂ ਬਹੁਤ ਸਾਰੇ ਅਜਿਹੇ ਕਿੱਸੇ ਵੇਖੇ ਅਤੇ ਸੁਣੇ ਹਨ ਜਿਨ੍ਹਾਂ ਦੇ ਵਿਕਾਸ ਕਰਨਾ ਮੁਸ਼ਕਲ ਨਹੀਂ ਨਾ ਮੁਮਕਿਨ ਹੋ ਜਾਂਦਾ ਹੈ ਆਕਰ ਸਿਆਣੇ ਕੇਂਦੇ ਹਨ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਕਿਉਂਕਿ ਇਸ ਵੇਲੇ ਧਰਤੀ ਤੇ ਆਉਣ ਵਾਲੇ ਬਹੁਤ ਸਾਰੇ ਇਨਸਾਨਾਂ ਦੇ ਸਾ ਉਸ ਪਰਮਾਤਮਾ ਉੱਪਰ ਲਿਖੇ ਜਾਂਦੇ ਨੇ ਇਸ ਲਈ ਜੋਦੋਤਾ ਕਸੂ ਆਸਾਂ ਦੀ ਪੂੰਜੀ ਪੂਰੀ ਨਹੀਂ ਹੁੰਦੀ ਕੋਈ ਵੀ ਇਨਸਾਨ ਇਸ ਧਰਤੀ ਤੋਂ ਨਹੀਂ ਚੀ ਸਕਦਾ ਉਹਨ ਇੱਕ ਵੱਡੀ ਖਬਰ ਸਾਡੇ ਸਾਹਮਣੇ ਆਈ ਹੈ ਹਰਿਆਣਾ ਦੇ ਬਾਦਰਗੜ ਤੋਂ ਜਿੱਥੇ ਇੱਕ ਬੱਚੇ ਨੂੰ ਟਾਈਫਾਇਡ ਹੋਮ ਤੇ ਉਸਦੇ ਮਾਤਾ ਪਿਤਾ ਵੱਲੋਂ ਲਾਜ਼ਮੀ ਦਿੱਲੀ ਹਸਪਤਲ ਜਾਇਆ ਗਿਆ ਸੀ ਉੱਥੇ ਬੱਚੇ ਦੇ ਪਿਤਾ ਹਿਤੇਸ਼ ਅਤੇ ਉਸਦੀ ਮਾਤਾ ਜਹਾਨਵੀ ਨੂੰ ਡਾਕਟਰਾਂ ਵੱਲੋਂ 26 ਜਨਮ ਦੱਸਿਆ ਗਿਆ ਕਿ ਉਹਨਾਂ ਦੇ ਬੱਚੇ ਦਾ ਦਿਹਾਂਤ ਹੋ ਗਿਆ ਹੈ ਜਿਸ ਨੂੰ ਪਿਛੋ ਪਤੀ ਪਤਨੀ ਵੱਲੋਂ ਆਪਣੇ ਬੱਚੇ ਨੂੰ ਮ੍ਰਿਤਕੀ ਕਾਲਤ ਵਿੱਚ ਵਾਪਸ ਪਿੰਡ ਬਾਦਰਗੜ ਲੈ ਆਂਦਾ ਗਿਆ। ਜਿੱਥੇ ਉਸ ਬੱਚੇ ਦਾ ਸਵੇਰੇ ਅੰਤਿਮ ਸੰਸਕਾਰ ਹੈ ਕਾਰਨ ਸਬੰਧੀ ਰਿਸ਼ਤੇਦਾਰ ਨੂੰ ਦੱਸ ਦਿੱਤਾ ਗਿਆ ਸੀ ਉੱਥੇ ਗਰਮੀ ਹੋਣ ਕਾਰਨ ਬੱਚੇ ਦੇ ਆਲੇ ਦੁਆਲੇ برف ਰੱਖਣ ਦਾ ਇੰਤਜ਼ਾਮ ਕੀਤਾ ਰਾਇ ਸੀ ਬੱਚੇ ਦੀ ਮੌਤ ਨੂੰ ਲੈ ਕੇ ਬੱਚੇ ਦੀ ਤਾਇਏ ਤੇ ਮਾਂ ਵੱਲੋਂ ਉਸ ਨੂੰ ਵਾਰ-ਵਾਰ ਚੁੰਮ ਕੇ ਕਿਹਾ ਜਾ ਰਿਹਾ ਸੀ ਕਿ ਉੱਠ ਜਾ ਮੇਰੇ ਬੱਚੇ ਉੱਠ ਜਾ ਇਸ ਦੌਰਾਨ ਬੱਚੇ ਦੇ ਸਿਰ ਚਲਚਲਣ ਲੱਗੀ ਜਿਸ ਨੂੰ ਦੇਖਦੇ ਹੋ ਬੱਚੇ ਦੇ ਪਿਤਾ ਵੱਲੋਂ ਤੁਰੰਤ ਉਸ ਨੂੰ ਮੂਹ ਰਾਈ ਸਾਹ ਦਿੱਤੇ ਜਾਂ ਲੱਗੇ ਉਸ ਸਮੇਂ ਉਹਨਾਂ ਦੇ ਗੁਆਂਢੀਆਂ ਵੱਲੋਂ ਬੱਚੇ ਦੀ ਸਹਾਇਤੀ ਉੱਪਰ ਦਬੋਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਬੱਚੇ ਦੀ ਹਾਲਤ ਠੀਕ ਹੋ ਗਈ ਤੇ ਬੱਚੇ ਨੂੰ ਤੁਰੰਤ ਹਸਪਤਲ ਜਾਂਦਾ ਗਿਆ ਜਿੱਥੇ ਬੱਚੇ ਦਾ ਇਲਾਜ ਕੀਤਾ ਗਿਆ ਤੇ ਬੱਚਾ ਠੀਕ ਹੋ ਕੇ ਰੋਜ਼ ਤੱਕ ਦੇ ਹਸਪਤਲ ਤੋਂ ਹੱਸਦਾ ਖੇਡਦਾ ਮੰਗਲਵਾਰ ਨੂੰ ਵਾਪਸ ਆਪਣੇ ਘਰ ਆ ਚੁੱਕਾ ਇਸ ਘਟਨਾ ਦੀ ਚਰਚਾ ਇਲਾਕੇ ਵਿੱਚ ਹੋ ਰਹੀ ਹੈ ਖਬਰ ਨੂੰ ਲਾਸਤ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ